ਫਰੀਦਕੋਟ ਦੇ ਪਿੰਡ ਹਮਦਵਾਲਾ ਦੇ ਵਿੱਚ ਗੋਲੀਆਂ ਚੱਲੀਆਂ ਨੇ। ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ। ਦਰਅਸਲ ਲੰਗਰ ਖਾ ਕੇ ਕੁਝ ਨੌਜਵਾਨ ਜਿਹੜੇ ਨੇ ਉਹ ਘਰ ਨੂੰ ਪਰਤ ਰਹੇ ਸਨ। ਇਸ ਦੌਰਾਨ ਦੱਸਿਆ ਜਾ ਰਿਹਾ ਕਿ ਉੱਥੇ ਰਸਤੇ ਦੇ ਵਿੱਚ ਨੌਜਵਾਨਾਂ ਦਾ ਇਕੱਠ ਹੋ ਜਾਂਦਾ ਹੈ, ਜਿਸ ਕਰਕੇ ਪੁਲਿਸ ਆਪਣੀ ਗੱਡੀ ਰੋਕਦੀ ਹੈ ਤੇ ਉਹਨਾਂ ਦੇ ਨਾਲ ਨਿੱਕੀ ਜਿਹੀ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ, ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ, ਜਿਸ ਦੇ ਵਿੱਚ 3 ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ, ਜਿਨ੍ਹਾਂ ਦੇ ਵਿੱਚੋਂ 2 ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਸੀ, ਫਿਰ ਵੀ ਪੁਲਿਸ ਵਾਲਿਆਂ ਨੇ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ, ਜਿਸ ਕਰਕੇ ਨੌਜਵਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਸਰ, ਰਾਤ ਗੋਲੀ ਚੱਲੀ ਆ, ਖੜਕਾ ਹੋਇਆ ਜੀ, ਅਸੀਂ ਭੱਜ ਕੇ ਆਏ ਸੀ, ਸਾਡੇ ਸਾਹਮਣੇ ਆ ਕੇ ਗੋਲੀ ਚੱਲਦੀ ਰਹੀ ਆ ਜੀ, ਅਸੀਂ ਸਾਈਡਾਂ 'ਤੇ ਲੁਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਜੀ। ਮੁਲਾਜ਼ਮ ਕੁਝ ਸਿਵਲ ਵਰਦੀ 'ਚ ਗਏ ਸੀ, ਕੁਝ ਵਰਦੀ 'ਚ ਗਏ ਸੀ। ਕੌਣ ਜ਼ਖਮੀ ਕੌਣ ਆਇਆ? 3 ਮੁੰਡੇ ਸਰ ਜ਼ਖਮੀ ਆ, ਚੌਥੇ ਨੂੰ ਛਰਾ ਲੱਗ ਕੇ ਕਹਿੰਦੇ ਆ ਲੰਘ ਗਿਆ ਸਾਈਡ 'ਤੇ। ਬਾਕੀ ਇੱਕ ਸੋਹਣ ਸਿੰਘ ਆ, ਜਿਹਦੇ ਹਾਲਤ ਗੰਭੀਰ ਆ ਜੀ। ਦਾਖਲ ਸਰ ਫਿਰੋਜ਼ਪੁਰ ਜੀ, ਕਿਹੜੇ ਪਿੰਡ ਦੇ ਵਾਸੀ? ਅਹਿਮਦ ਚੱਕ ਦੇ ਜੀ। ਆਰ ਪਕਿਆ ਥਾਣੇ ਦੀ ਜੀ। ਕੌਣ ਕੌਣ ਸੀ ਨਾਲ? ਹਾਂਜੀ ਸਰ, ਕਿੰਨੇ ਮੁਲਾਜ਼ਮ ਸੀਗੇ ਸਰ? 6 ਤੋਂ ਮੌਕੇ 'ਤੇ ਸਰ, ਜਿੱਥੇ ਮੰਨ ਕੇ ਚਲੋ ਗੋਲੀ ਚੱਲੀ, ਉਸ ਟਾਈਮ ਤਾਂ ਸਾਡੇ ਕੋਲ 5 ਸੀਗੇ ਅਤੇ ਆਪ ਕਹਿੰਦੇ ਸੀ 8 ਆ। ਕਿੰਨੇ ਕਿਹਾ? ਕਿੰਨੇ ਇਹ ਜੀ ਸਰ ਜਿਹੜੇ ਮੁੰਡੇ ਨੇ ਮੁਲਾਜ਼ਮ ਨੇ ਗੋਲੀ ਚਲਾਈ ਆ, ਉਸ ਮੁੰਡੇ ਨੇ ਕਿਹਾ ਸੀ? ਉਹ ਤੁਹਾਨੂੰ ਕਿਵੇਂ ਪਤਾ ਕਿੰਨੇ ਗੋਲੀ ਚਲਾਈ? ਸਰ ਅਸੀਂ ਸਾਹਮਣੇ ਹੈਗੇ ਸੀ, ਸਰ ਉਹਨਾਂ ਡਰਿੰਕ ਕੀਤੀ ਹੋਈ ਸੀ। ਅੱਛਾ। ਫਿਰ ਜਦੋਂ ਗੱਡੀ ਵਿੱਚ ਆਏ ਆ, ਉਹਨਾਂ ਸਰ ਪਹਿਲਾਂ ਗੋਲੀ ਚਲਾ ਕੇ ਫਿਰ ਸਾਰੇ ਭੱਜ ਗਏ ਸੀ ਮੁਲਾਜ਼ਮ। ਉਹਨਾਂ ਫਿਰ ਆਪਣੇ ਮੁਲਾਜ਼ਮਾਂ ਨੂੰ ਪਿਸਟਲ ਦੇ ਕੇ ਗੱਡੀ ਦੇ ਵਿੱਚ ਆਏ ਆ। ਗੱਡੀ ਵਿੱਚ ਆ ਕੇ ਅਸੀਂ ਪੁੱਛਿਆ ਸਰ ਵੀ ਸਾਡੇ ਮੁੰਡਿਆਂ ਨੂੰ ਗੋਲੀਆਂ ਲੱਗੀਆਂ, ਗੋਲੀ ਤੁਸੀਂ ਚਲਾਈ ਆ? ਉਹ ਇੱਕਾ ਹੀ ਗੱਲ ਕਹਿੰਦਾ ਸੀ ਸਾਡੇ ਕੋਲ ਪਿਸਟਲ ਨਹੀਂ ਹੈਗਾ, ਸਾਡੇ ਕੋਲ ਅਸਲਾ ਨਹੀਂ ਹੈਗਾ। ਸਰ ਗੋਲੀ ਉਸੇ ਮੁੰਡੇ ਇੱਕ ਨੇ ਹੀ ਚਲਾਈ ਆ, ਜਿਹਨੇ ਡਰਿੰਕ ਕੀਤੀ ਹੋਈ ਸੀ। ਅਤੇ ਕਾਬੂ ਵੀ ਕੀਤਾ? ਕੋਈ ਕਾਬੂ ਕੀਤਾ ਸੀਗਾ ਜੀ। ਹੁਣ ਕਿੱਥੇ ਹੋ? ਹੁਣ ਸਰ ਰਾਤ ਆਇਆ ਸਟਾਫ ਫਿਰੋਜ਼ਪੁਰ ਤੋਂ ਜੀ, ਉਹ ਲੈ ਕੇ ਰਾਤ ਹੀ ਚਲੇ ਗਿਆ ਸੀ। ਕਿਹੜਾ ਸਟਾਫ ਆਇਆ? ਸਟਾਫ ਸਰ ਮੁਲਾਜ਼ਮ ਸੀਗੇ ਜੀ, ਕੁਛ ਕਾਲੀਆਂ ਵਰਦੀਆਂ ਵਾਲੇ ਸੀਗੇ ਜੀ, ਕੁਛ ਪੰਜਾਬ ਪੁਲਿਸ ਵਾਲੇ ਸੀ। ਕਿੰਨੇ ਕੁ ਜਣੇ ਗਏ ਸੀ? ਸਰ 4 ਗੱਡੀਆਂ ਆਈਆਂ ਜੀ। ਬਾਬੇ ਬੁੱਢੇ ਮੇਲੇ ਤੇ ਗਏ ਤੇ ਉੱਥੋਂ ਆਇਆ ਤੇ ਅਗਾਂ ਬੰਦਿਆਂ ਨੂੰ, 4 ਬੱਚਿਆਂ ਨੂੰ ਗੋਲੀ ਲੱਗ ਗਈ। ਅੱਛਾ। ਸਾਡੇ ਤਾਂ ਹੱਥਾਂ ਪੈਰਾਂ 'ਚ ਨਿਕਲ ਗਈ ਤੇ ਉਹਨੂੰ ਬਾਅਦ ਚਲੇ ਟਰੈਕਟਰ ਚੜਿਆ ਜਾਂਦਾ ਹੈ, ਉਹਨੂੰ ਭੱਜ ਕੇ ਲਾਇਆ ਮੁੰਡਿਆਂ ਨੇ ਤੇ ਮੁੜ ਫੜ ਕੇ ਲਿਆਂਦਾ ਹੈ। ਤੇ ਮੁੜ ਜਿੱਥੇ ਗੋਲੀ ਚੱਲੀ, ਪਿੰਡ ਹਮ ਚੱਕੇ, ਪੁਲਿਸ ਵਾਲਿਆਂ ਨੇ। ਪੁਲਿਸ ਦਾ ਸਾਨੂੰ ਨਹੀਂ ਇੰਨਾ ਪਤਾ ਵੀ ਕਿੱਥੋਂ ਦੇ ਗਏ ਸੀ ਪੁਲਿਸ, ਤੇ ਬਾਬੇ ਬੁੱਢੇ ਤੋਂ ਆਏ ਆ ਤੇ ਇੱਥੇ ਆਦੇ ਲੱਥੀ ਆ ਤੇ ਉਵੇਂ ਬਸ ਵੀ ਇਹ ਰੌਲਾ ਪੈ ਗਿਆ। ਜ਼ਖਮੀ ਹੋਏ ਪਏ ਨੇ, ਇੱਕ ਬੱਚੇ ਨੇ ਤੁਹਾਨੂੰ ਤਾਂ ਬਾਹਲੀ ਜ਼ਿਆਦਾ ਗੋਲੀ ਲੱਗੀ ਨਾ? ਜ਼ਿਆਦਾ ਖਰਾਬ ਸੀਰੀਅਸ ਆ? ਹਾਂ, ਉਹਦੇ ਤਾਂ ਆਰ ਪਾਰ ਇੱਥੇ ਗੋਲੀ ਵਿੱਚ ਆ, ਵੱਖੀ ਦੇ ਵਿੱਚ ਲੱਗ ਗਈ ਗੋਲੀ। ਹਾਂ, ਵੱਖੀ 'ਚ। ਠੀਕ ਹੈ। ਪਰਿਵਾਰ ਕਿਸ ਤਰ੍ਹਾਂ ਦਾ ਹੈਗਾ? ਪਰਿਵਾਰ ਸਾਡਾ ਭਲੇ ਮਾਨ ਪਰਿਵਾਰ ਏ, ਗਰੀਬ ਪਰਿਵਾਰ ਏ, ਸਾਡੇ ਤਾਂ ਬੱਚੇ ਕਦੇ ਬੋਲੀ ਕਦੇ ਨਹੀਂ ਕਿਸੇ ਦੇ ਨਾਲ। ਉਹ ਤਾਂ ਛਡਾਵਣ, ਉਹ ਤਾਂ ਵੇਖਣ ਆਇਆ ਵੀ ਜ਼ਖਮੀ ਬੰਦਾ ਜਿਹੜਾ ਸੱਟਾਂ ਲੱਗੀਆਂ ਨੇ ਉਹਨੂੰ ਚੱਕਣ ਲੱਗ ਗਏ ਨੇ ਤੇ ਇਹ ਨਹੀਂ ਪਤਾ ਵੀ ਉੱਥੇ ਗੋਲੀ ਲੱਗ ਗਈ, ਉਹਨਾਂ ਬੱਚਿਆਂ ਨੂੰ ਪਤਾ ਹੀ ਨਹੀਂ ਗਾ।
ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਾਕਿਆ ਹੋ ਜਾਣਾ ਤਾਂ ਸਾਡੇ ਭੱਜ ਕੇ ਦਵਾ ਦਾ ਉਹਨੂੰ ਉਠਾਉਣਾ ਚਾਹੁੰਦੇ ਨੇ ਵੱਡੇ ਰੋਡ ਲੱਗਦਾ ਤਾਂ ਹਾਂ ਵੱਡੇ ਰੋਡ ਤੇ ਦਵਾ ਦਾ ਉਹਨੂੰ ਜ਼ਖਮੀ ਨੇ ਚੱਕ ਲੈਣਾ ਤੇ ਚੱਕ ਤੇ ਘਰੇ ਲੈ ਜਾਣਾ ਉਹਨੂੰ ਪਾਣੀ ਤਾਂ ਨਪਵਾਉਣਾ ਉਹਨੂੰ ਉਹਦਾ ਵੀ ਉਹਦੀ ਦੇਖਭਾਲ ਕਰਨੀ ਵੀ ਕਿਵੇਂ ਹੈਗਾ ਬੱਚਾ ਜ਼ਖਮੀ ਆਪਣੇ ਮੁੰਡੇ ਹੋਏ ਨੇ ਦੋ ਤਿੰਨ ਤਿੰਨ ਕਿਵੇਂ ਜ਼ਖਮੀ ਹੋਏ ਨੇ ਉਹਨਾਂ ਨੇ ਗੋਲੀ ਚਲਾਈ ਆ ਕਿੰਨਾ ਨੇ ਪੁਲਿਸ ਵਾਲਿਆਂ ਨੇ ਕਿੱਥੇ ਇੱਥੇ ਆਹ ਦੂਜੇ ਆਪਣੇ ਸੜਕ ਤੇ ਕਿੰਨੇ ਜਣੇ ਜ਼ਖਮੀ ਹੋਏ ਨੇ ਚਾਰ ਜਣੇ ਹੋਏ ਨੇ ਅੱਛਾ ਤੇ ਤੁਹਾਡਾ ਲੜਕਾ ਸੀਗਾ ਹਾਂਜੀ ਉਹ ਕਿੱਥੇ ਦਾਖਲ ਹੈ ਉਹ ਫਿਰੋਜ਼ਪੁਰ ਲੈ ਗਏ ਨੇ ਹੁਣ ਫਰੀਦਕੋਟ ਲੈ ਗਏ ਦੋ ਲੜਕੇ ਨੇ ਤੁਹਾਡੇ ਜ਼ਖਮੀ ਆਹੋ ਅੱਛਾ ਇੱਕ ਮੇਰਾ ਦੋ ਤਰਾ ਹੈ ਹਾਲਤ ਜ਼ਿਆਦਾ ਖਰਾਬ ਹੈ ਵਾਹ ਭਾਈ ਨੇ ਇਹ ਨਹੀਂ ਥੋੜ੍ਹੇ ਹਾਂ ਗੋਲੀ ਉਹ ਵਿੱਚ ਗਈ ਕਹਿੰਦੇ ਨਾ ਵਾਹ ਪੱਟਲ ਹੋ ਗਏ ਉੱਥੇ ਹੀ ਪੁਲਿਸ ਵੀ ਹੁਣ ਆਪਣਾ ਪੱਖ ਲੈ ਕੇ ਸਾਹਮਣੇ ਆਈ ਹੈ ਪੁਲਿਸ ਦਾ ਕਹਿਣਾ ਹੈ ਕਿ ਥਾਣਾ ਆਰਿਫ ਦੇ ਪੁਲਿਸ ਨੂੰ ਇੱਕ ਐਕਸੀਡੈਂਟ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚਿਆ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਕ ਮੋਟਰਸਾਈਕਲ ਸਵਾਰ ਪਿੰਡ ਵੱਲ ਆ ਰਿਹਾ ਜਦੋਂ ਪਿੰਡ ਵੱਲ ਗਏ ਤਾਂ ਅੱਗੋਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਤੇ ਉਹਨਾਂ ਨੇ ਆਪਣੇ ਬਚਾਅ ਦੇ ਵਿੱਚ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ 3 ਸਿਵਿਲੀਅਨ ਅਤੇ 2 ਪੁਲਿਸ ਵਾਲਿਆਂ ਨੂੰ ਸੱਟਾਂ ਲੱਗੀਆਂ ਨੇ ਤੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੋ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੱਲ ਥਾਣਾ ਆਰਿਫਕੇ ਦੇ ਵਿੱਚ ਰਾਤ ਨੂੰ ਦੇਰ ਰਾਤ SHO ਨੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਉਹਨੂੰ ਇਤਲਾਹ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ SHO ਨੇ ਰਿਐਕਟ ਕਰਕੇ ਸਪੋਟ 'ਤੇ ਪਹੁੰਚਿਆ ਤਾਂ ਉੱਥੋਂ ਪਤਾ ਲੱਗਿਆ ਕਿ ਇਹ ਜਿਹੜੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ ਅਤੇ ਜਿਹੜਾ ਇੱਕ ਮੋਟਰਸਾਈਕਲ ਵਾਲਾ ਉਹਦੀ ਕਾਫੀ ਦਾਰੂ ਪੀਤੀ ਹੋਈ ਜੋ SHO ਇਮੀਡੀਏਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਮ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ ਦਾਰੂ ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰਨ ਹੈ ਤਾਂ ਉਹਨੇ ਪਿੰਡ ਦੇ ਹੋਰ ਬੰਦੇ ਵੀ ਤਲਖੀ 'ਚ ਆ ਗਏ ਅਤੇ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਦੇ ਲਈ ਹਵਾਈ ਫਾਇਰ ਕੀਤੀ ਇਸ ਸਾਰੇ ਘਟਨਾਕ੍ਰਮ ਦੇ ਵਿੱਚ 5 ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ 5 ਬੰਦੇ ਜ਼ਖਮੀ ਹੋ ਗਏ ਜਿਸ ਦੇ ਵਿੱਚ 2 ਪੁਲਿਸ ਮੁਲਾਜ਼ਮ ਸੀ ਅਤੇ 3 ਬੰਦੇ ਸਿਵਲ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਮੀਡੀਏਟਲੀ ਹੋਸਪਿਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਠੀਕ ਹੈ ਇਹ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਥੈਂਕ ਯੂ